ਇਹ ਅੱਗ ਜੀ ਫੈਕਟਰੀ ਦੇ ਵਿੱਚੋਂ ਆਈ ਆ, ਤਾਂ ਹੀ ਫੈਕਟਰੀ ਵਾਲਾ ਸਭ ਤੋਂ ਪਹਿਲਾਂ ਸਟਾਫ ਫੈਕਟਰੀ ਵਾਲਾ ਆਇਆ, ਉਦੋਂ ਉਹਨਾਂ ਨੇ ਸਾਰੇ ਫੋਨ ਕੀਤਾ ਆਪਣੇ ਲੋਕਾਂ ਨੂੰ ਵੀ ਤੁਸੀਂ ਆ ਜਾਓ ਫਟਾਫਟ ਕਿਤਾਬ ਜੀ, ਉਹ ਹੱਟੋਂ ਮੂਹਰੇ ਭਜਾਉਂਦੇ ਰਹੇ ਨੇ, ਬਾਅਦ 'ਚ ਅਸੀਂ ਫਾਇਆ ਤਾਂ ਅਸੀਂ ਬਹੁਤ ਕਿਵੇਂ ਜਿਹੜੀ ਇਹ ਸਾਰੀ ਮੇਨ ਫੈਕਟਰੀਆਂ ਦੇ ਉੱਥੋਂ ਸਪਾਰਕ ਹੋਏ, ਨਹੀਂ ਤਾਂ ਬਾਕੀ ਲਾਈਟ ਆਈ ਨਹੀਂ ਕੋਈ, 24 ਘੰਟੇ ਲਾਈਟ ਬੰਦ ਆ, ਦੂਜੀ ਨਾ ਕੋਈ ਲਾਈਟ ਨਾ ਕੋਈ ਹੋਰ ਕੋਈ ਲਾਈਟ ਆਪਰੇਸ਼ਨ ਚੱਲਦੀ ਹੈ, ਇਹ ਮੇਨ ਕਹਿ ਫੈਕਟਰੀ ਦਾ ਫੈਕਟਰੀ 'ਚ ਸਪਾਰਕ ਹੋ ਗਿਆ ਕੋਈ ਨਾ ਕੋਈ। ਕਿੰਨੇ ਕਿੱਲੇ ਨੁਕਸਾਨ ਗਏ ਨੇ ਇੱਥੇ? ਇੱਥੇ 2 ਕਿੱਲੇ ਕਣਕ ਦੀ, ਬਾਕੀ 17-18 ਕਿੱਲੇ ਲਾਣ ਚੱਲ ਗਿਆ। ਅੱਛਾ, ਹਾਂਜੀ, ਉਹ ਮੰਗ ਕੀ ਕਰਦੇ ਹੋ? ਮੰਗ ਇਹ ਵੀ ਉਹ ਜਿਹਦੀ ਕਣਕ ਲਈ ਉਹਨੂੰ ਮੁਆਵਜ਼ਾ ਮਿਲਣਾ ਚਾਹੀਦਾ, ਜਿਹਦੀ ਬਜਾਦੀ ਆ ਲਾਣ ਚੱਲ ਗਿਆ ਉਹਨੂੰ ਮੁਆਵਜ਼ਾ ਮਿਲਣਾ ਚਾਹੀਦਾ, ਫੈਕਟਰੀ ਦੀ ਲਾਣ ਚ ਉਹਨਾਂ ਦੇ ਵਰਕਰ ਸਾਰੇ ਬਜਾ ਰਹੇ ਸੀਗੇ ਜੀ, ਉੱਥੇ ਕੋਈ ਪਈਏ ਨੇ ਅੱਗ ਲਾਈ ਹੈ ਜੀ ਇਹਨਾਂ ਦੇ ਖੁੱਜੀ। ਫੈਕਟਰੀ ਵਾਲਿਆਂ ਦਾ ਦੋਸ਼ ਆ? ਕਾਹਦੀ ਫੈਕਟਰੀ ਹੈ ਜੀ ਉਹ? ਇਹ ਧਾਗੇ ਦੀ ਫੈਕਟਰੀ ਹੈ ਜੀ। ਤੇ ਇਹ ਕਿੰਨੇ ਕਿੱਲੇ ਨੇ ਜੀ? ਇਹ ਘੱਟੋ ਘੱਟ ਜੀ 2-2.5 ਕਿੱਲੇ ਤਾਂ ਕਣਕ ਦੇ ਮੱਚ ਗਏ ਜੀ, 8-9 ਕਿੱਲੇ ਜੀ ਨਾੜ ਦੇ ਮੱਚ ਗਏ। 8-9 ਕਿੱਲੇ ਨਾੜ? ਹਾਂਜੀ ਹਾਂ, ਇਹ ਤਾਂ ਜੀ ਹੁਣ ਫੈਕਟਰੀ ਵਾਲਿਆਂ ਨੂੰ ਦੇਣਾ ਚਾਹੀਦਾ ਜੀ, ਵਿਚਾਰੇ ਜਿਹਦੀ ਕਣਕ ਤਾਂ ਜਮੀ ਚੱਲ ਗਈ ਜੀ, ਉਹਨਾਂ ਨੂੰ ਹੁਣ ਤਾਂ ਪੈਸੇ ਦੇਣੇ ਚਾਹੀਦੇ ਨੇ ਜੀ। ਤੇ ਤੁਸੀਂ ਇਹਦੀ ਇਤਲਾਹ ਦਿੱਤੀ ਉੱਪਰ ਮਹਿਕਮੇ ਨੂੰ? ਹਾਂਜੀ, ਹੁਣ ਦਿੰਦੇ ਹਾਂ ਜੀ, ਦੇਵਾਂਗੇ ਇਤਲਾਹ, ਹੁਣ ਤਾਂ ਅੱਗ ਬੁਝਾ ਕੇ ਹਟਿਆ ਜੀ, ਅਜੇ ਆਹ ਹੁਣ ਦਿੰਦੇ ਹਾਂ ਜੀ ਇਤਲਾਹ। ਇਹ ਅੱਗ ਜੀ ਆਪਣੇ 20 ਕਿੱਲੇ ਕਣਕ ਦੇ ਨਾੜ ਦੇ ਕਹਿੰਦੇ ਆ ਜੀ, ਤੇ 3 ਕਿੱਲੇ ਕਣਕ ਦੇ ਕਹਿ ਰਹੇ ਨੇ। ਇਹ ਆਪਣੇ ਸਕੂਲ ਆ, ਸਕੂਲ ਦੇ ਨਾਲ ਹੀ ਹੈ, ਸੈਂਟੀਨਲ ਸਕੂਲ ਦੇ ਕੋਲ। ਤੇ ਗੱਲ ਕਰੀਏ ਤੇ ਕਿੰਨੀਆਂ ਗੱਡੀਆਂ ਛੁੱਟੀਆਂ ਲੱਗ ਗਈਆਂ ਹੁਣ ਤੱਕ? ਆਪਣੀ ਫਾਇਰ ਬ੍ਰਿਗੇਡ 3 ਗੱਡੀਆਂ ਲੱਗ ਚੁੱਕੀਆਂ ਹੁਣ ਤੱਕ ਜੀ। ਅੱਗ ਕਿੰਨੀ ਜ਼ਿਆਦਾ ਸੀ? ਅੱਗ ਕਾਫੀ ਸੀਗੀ ਤੇ ਇਹਨੂੰ ਕੰਟਰੋਲ ਕਰ ਲਿਆ ਹੁਣ, ਤੇ ਜਿਹੜੀ ਕੋਲ ਕਣਕ ਸੀ ਉਹਨੂੰ ਬਚਾ ਲਿਆ ਗਿਆ। ਚਲੋ, ਨਾਲ ਕਿੰਨੇ ਕਿੱਲੇ ਕਣਕ ਖੜੀ ਜੀ? ਨਾਲ ਕਾਫੀ ਹੈ ਜੀ, ਦੇਖਿਆ ਜਾਓ ਤਾਂ 100 ਕਿੱਲੇ ਇੱਕੜ ਦੇ ਉੱਪਰ ਪਈ ਖੜੀ, ਗਾਹਾਂ ਤੋਂ ਗਾਹਾਂ ਕਣਕ ਆ ਜੀ, ਉਹਨੂੰ ਬਚਾ ਲਿਆ ਜੀ।